ਕ੍ਰੈਂਕ ਜਨਰੇਟਰ ਸਮੱਗਰੀ ਤਾਂਬੇ ਦੀ ਪਤਲੀ ਤਾਰ, ਪੀਵੀਸੀ ਪਾਈਪ ਦਾ ਟੁਕੜਾ, ਬਿਜਲੀ ਦੀ ਤਾਰ, ਦੋ ਸੀੜੀ ਦੀਆਂ ਪੁਲੀਆਂ, ਲੱਕੜੀ ਦਾ ਸਟੈਂਡ, ਬੋਤਲ ਦਾ ਢੱਕਣ, ਰਬੜ ਬੈਂਡ, ਨਟ ਬੋਲਟ, ਸਟਰਾ, ਸ਼ਕਤੀਸ਼ਾਲੀ ਚੁੰਬਕ, ਪੈਨ ਰਿਫਲ, ਐਲਈਡੀ, ਰਬੜ ਦਾ ਟੁਕੜਾ, ਸਿਲਾਈ ਮਸ਼ੀਨ ਦੀ ਫਿਰਕੀ, ਛੋਟੀ ਪੁਲੀ ਆਦਿ। ਦੋ ਸੀੜੀ ਵਿਚਕਾਰ ਰਬੜ ਦਾ ਟੁਕੜਾ ਲਗਾ ਕੇ ਪੁਲੀ ਬਣਾਓ। ਵਿਚਲੇ ਛੇਕ ਵਿੱਚ ਵਾਸ਼ਰ ਲਗਾ ਦਿਓ। ਸਟੈਂਡ ਉੱਪਰ ਪੁਲੀ ਲਗਾਉਣ ਲਈ ਸਟੈਂਡ ਦੀ ਲੱਕੜੀ ਵਿੱਚੋਂ ਬੋਲਟ ਲੰਘਾ ਕੇ ਸਿਲਾਈ ਮਸ਼ੀਨ ਦੀ ਫਿਰਕੀ ਲਗਾਓ। ਸੀਡੀ ਪੁਲੀ 'ਤੇ ਹੈਂਡਲ ਲਗਾ ਕੇ ਇਸ ਨੂੰ ਬੋਲਟ ਵਿੱਚ ਫਸਾ ਦਿਓ। ਇਸ ਉੱਪਰ ਇੱਕ ਨਟ ਚੜਾ ਦਿਓ ਤਾਂ ਜੋ ਪੁਲੀ ਆਸਾਨੀ ਨਾਲ ਘੁੰਮ ਸਕੇ। ਪੀਵੀਸੀ ਪਾਈਪ ਵਿੱਚੋਂ ਦੋਵੇਂ ਪਾਸੇ ਇੱਕ ਇੱਕ ਛੇਕ ਕਰਕੇ ਇਹਨਾਂ ਵਿੱਚ ਰਿਫਲ ਦੇ ਟੁਕੜੇ ਟਾਈਟ ਕਰਕੇ ਫਸਾ ਦਿਓ। ਹੁਣ ਇੱਕ ਸਾਈਕਲ ਦੀ ਤਾਰ ਨੂੰ ਇੱਕ ਰਿਫਲ ਵਿੱਚੋਂ ਲੰਘਾ ਕੇ ਵਿਚਕਾਰ ਰਬੜ ਦਾ ਟੁਕੜਾ ਲਗਾ ਕੇ ਫਿਰ ਦੂਜੇ ਰਿਫਲ ਵਿੱਚੋਂ ਲੰਘਾਓ। ਰਬੜ ਦੇ ਦੋਵਾਂ ਕਿਨਾਰਿਆਂ 'ਤੇ ਸ਼ਕਤੀਸ਼ਾਲੀ ਨਿਓਡਾਇਨਮੇਮ ਚੁੰਬਕ ਚਿਪਕਾ ਦਿਓ। ਹੁਣ 30 ਗੇਜ ਦੀ ਤਾਂਬੇ ਦੀ ਤਾਰ ਲੈ ਕੇ ਇਸ ਪਾਈਪ ਉੱਪਰ 500 ਲਪੇਟੇ ਚਾੜ ਦਿਓ। ਲਪੇਟੇ ਇੱਕ ਦੂਜੇ ਤੋਂ ਕ੍ਰੋਸ ਕਰਕੇ ਲਗਾਉਣੇ ਹਨ। ਤੁਹਾਡੀ ਕੁੰਡਲੀ ਤਿਆਰ ਹੈ। ਤਾਰ ਦੇ ਦੋਨੋਂ ਸਿਰੇ ਛਿੱਲ ਕੇ ਉਹਨਾਂ ਉੱਪਰ ਇੱਕ ਐਲਈਡੀ ਬਲਬ ਲਗਾਓ। ਇਸ ਕੁੰਡਲੀ ਨਾਲ ਇੱਕ ਰਬੜ ਦਾ ਟੁਕੜਾ ਸਾਈਕਲ ਦੀ ਤਾਰ ਵਿੱਚ ਫਸਾ ਕੇ ਸਟੈਂਡ ਉੱਪਰ ਪੁਲੀ ਤੋਂ ਉਲਟ ਦਿਸ਼ਾ ਵਿੱਚ ਫਿੱਟ ਕਰੋ। ਇੱਕ ਛੋਟੀ ਪੁਲੀ ਵਿੱਚ ਲਗਾ ਦਿਓ ਤਾਂ ਜੋ ਜਨਰੇਟਰ ਆਸਾਨੀ ਨਾਲ ਘੁੰਮ ਸਕੇ। ਇਹ ਜਨਰੇਟਰ ਦਾ ਰੇਖਾ ਚਿੱਤਰ ਹੈ ਜਿਸ ਵਿੱਚ ਸਾਰੇ ਭਾਗ ਦਰਸਾਏ ਗਏ ਹਨ। ਛੋਟੀ ਅਤੇ ਵੱਡੀ ਪੁਲੀ ਨੂੰ ਵੱਡੇ ਰਬੜ ਬੈਂਡ ਨਾਲ ਆਪਸ ਵਿੱਚ ਜੋੜੋ। ਹੁਣ ਜਨਰੇਟਰ ਦੇ ਹੈਂਡਲ ਨੂੰ ਘੁਮਾਉਣ 'ਤੇ ਇਹ ਕਰੰਟ ਪੈਦਾ ਕਰਦਾ ਹੈ ਅਤੇ ਐਲਈਡੀ ਬਲਬ ਜਗਦਾ ਹੈ।